ਤੁਹਾਡਾ? ਅਮਨਦੀਪ। ਕਿੱਥੋਂ ਆਏ? ਵੇਰਕੇ। ਕਦੋਂ ਦੇ ਆ ਰਹੇ ਤੁਸੀਂ ਇੱਥੇ? ਤੇ ਸਾਲ ਹੋ ਗਿਆ ਸੀ ਸਾਨੂੰ ਆਉਂਦਿਆਂ ਦੇ ਰਾਜ ਨੂੰ ਫੜਦੇ ਹਨ। ਕਿੱਦਾਂ ਦਾ ਲੱਗਾ ਇਹਨਾਂ ਦਾ ਜਿਹੜੀ ਮਾਈ ਭਾਗੋ ਸੇਵਾ ਸੁਸਾਇਟੀ, ਇਹਨਾਂ ਵੱਲੋਂ ਕਿੱਦਾਂ ਲੱਗਾ ਤੁਹਾਨੂੰ? ਬਹੁਤ ਵਧੀਆ ਲੱਗਾ ਇਹਨਾਂ ਵੱਲੋਂ, ਬਹੁਤ ਵਧੀਆ। ਜਿਹੜੇ ਨਿਆਣੇ ਇੱਕ ਵਾਰ ਭੁੱਖੇ ਤੇ ਆਏ ਬੈਠੇ ਰਹਿੰਦੇ ਸੀ, ਹੁਣ ਰੋਟੀ ਰੱਜ ਕੇ ਖਾਂਦੇ ਹੈਗੇ ਆ, ਤੇ ਇਹਨਾਂ ਵੱਲੋਂ ਬਹੁਤ ਵਧੀਆ ਲੱਗਾ। ਤੇ ਹੁਣ ਇਸ ਤਰ੍ਹਾਂ ਮੇਰੀ ਬੇਟੀ ਦਾ ਵਿਆਹ ਆ, ਅਤੇ ਮੈਨੂੰ ਪਤਾ ਲੱਗਾ ਵੀ ਉਹ ਹੈਲਪ ਦਿੰਦੇ ਥੋੜ੍ਹੀ ਬਹੁਤੀ, ਬਹੁਤ ਮਦਦ ਮਦੂਦ ਦਿੰਦੇ ਆ। ਅਤੇ ਫਰਵਰੀ 3 ਮਹੀਨੇ ਮੇਰੀ 27-28 ਦਾ ਬੇਟੀ ਦਾ ਵਿਆਹ ਆ, ਅਤੇ ਮੈਨੂੰ ਜਿੰਨੀ ਵੀ ਹੈਲਪ ਦਿੱਤੀ ਜਾਂਦੀ ਮੈਨੂੰ ਹੈਲਪ ਦਿੰਦੇ ਮੇਰੀ ਬੇਟੀ ਆਪਣੇ ਘਰ 'ਚ ਹੋ ਚੁੱਕੀ। ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਇਹ ਵਿਆਹਾਂ 'ਚ ਵੀ ਜਿਹੜੇ ਯੋਗਦਾਨ ਦਿੰਦੇ ਆ? ਟੀਐਮਐਲ ਦੇ ਉੱਤੇ ਯੂਟਿਊਬ ਦੇ ਉੱਤੇ ਵੇਖਿਆ ਹੋਇਆ ਸੀ ਨਾ, ਇਹਨਾਂ ਦਾ ਸਾਰਾ ਪ੍ਰੋਗਰਾਮ ਵੇਖੀ ਦਾ ਸੀ, ਕਾਕੇ ਦੇ ਕੋਲ ਫੋਨ ਸੀ ਉਹਦੇ ਉੱਤੇ ਵੇਖੀ ਦਾ ਸੀ, ਉਹ ਦੱਸਦੇ ਫਿਰ ਇਸ ਤਰ੍ਹਾਂ ਸਾਨੂੰ ਪਤਾ ਲੱਗਦਾ ਇਸ ਤਰ੍ਹਾਂ ਪੈਥੇ ਸੀ ਅਤੇ ਪਹੁੰਚੇ। ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਲਾਸਟ ਵਿੱਚ ਇਹਨਾਂ ਬਾਰੇ? ਲਾਸਟ ਵਿੱਚ ਇਹੋ ਕਿ ਮੇਰੀ ਧੀ ਜਿਹੜੀ ਜਿਵੇਂ 28 ਜਾਵੇ ਅਤੇ ਮੈਨੂੰ ਥੋੜ੍ਹੀ ਬਹੁਤੀ ਜਿੰਨੀ ਵੀ ਮਦਦ ਦਿੱਤੀ ਜਾਵੇ, ਆਪਣੀ ਧੀ ਆਪਣੀ ਮੂੰਹੋਂ ਉਠਾਉਣਾ, ਮੇਰਾ ਤਾਂ ਕੋਈ ਨਹੀਂ ਹੈਗਾ ਮਾਣਾ, ਇਸ ਕਰਕੇ ਮੇਰਾ ਬੱਚਾ ਉਹਨੂੰ ਵੀ ਸਾਰਾ ਨੁਕਸਾ ਹੈਗਾ, ਅਤੇ ਆਪ ਹੀ ਮੈਂ ਜਿੰਨੀ ਮਿਹਨਤ ਕਰਦੀ ਹਾਂ ਆਪ ਹੀ ਕਰਦੀ ਹਾਂ। ਤੁਸੀਂ ਕੀ ਮਿਹਨਤ ਕਰਦੇ? ਮੈਂ ਇਸ ਤਰ੍ਹਾਂ ਘਰਾਂ ਦੇ ਵਿੱਚ ਸਫਾਈਆਂ ਦਾ ਕੰਮ ਕਰਦੀ ਹਾਂ, ਸਫਾਈ ਸਫੂਈ ਜਿਹੜੀ ਉਹ ਕਰਦੇ ਹੈਗੇ, ਅਤੇ ਜ਼ਿਆਦਾਤਰ ਮੇਰੇ ਬੇਟੇ ਦਾ ਉਹਨੂੰ ਸਾਰਾ ਨੁਕਸ ਹੈ, ਇਸ ਕਰਕੇ ਮੈਨੂੰ ਇਹ ਵੀ ਮੇਰੀ ਧੀ ਬੋਲ ਉਠਾਈ ਜਾਵੇ, ਮੈਨੂੰ ਜਿੰਨੀ ਵੀ ਹੈਲਪ ਦਿੱਤੀ ਜਾਵੇ ਉਹਨਾਂ ਵੱਲੋਂ। ਮੇਰਾ ਨਾਮ ਰਾਜਵੀਰ ਕੌਰ ਹੈ, ਪਿੰਡ ਮਾਨ ਦੀ ਰਹਿਣ ਵਾਲੀ ਹਾਂ। ਮੈਂ ਮਾਈ ਭਾਗੋ ਸੁਸਾਇਟੀ ਯੂਕੇ ਵੱਲੋਂ ਸੁਣਿਆ ਸੀ, ਅੱਜ ਅੱਖੀਂ ਵੇਖ ਕੇ ਇਹਨਾਂ ਕਾਫੀ ਉਪਰਾਲਾ ਕਰ ਰਹੇ ਨੇ, ਲੋੜਵੰਦਾਂ ਪਰਿਵਾਰਾਂ ਦੀ ਕਾਫੀ ਮਦਦ ਕਰਦੇ ਨੇ। ਇਹ ਨਹੀਂ ਕਿ ਇਹ ਰਾਸ਼ਨ ਦੇ ਨਾਂ 'ਤੇ ਸਿਰਫ ਥੋੜ੍ਹਾ ਜਿਹਾ ਰਾਸ਼ਨ ਦਿੰਦੇ ਨੇ, ਕਾਫੀ ਰਾਸ਼ਨ ਦਿੰਦੇ ਆ ਕਿ ਜਿਹੜਾ ਮਹੀਨੇ ਤੋਂ ਵੱਧ ਲੋਕਾਂ ਦਾ ਗੁਜ਼ਾਰਾ ਹੋ ਸਕੇ। ਇਸ ਇਹਨਾਂ ਨੇ ਇੱਕ ਹੋਰ ਸੇਵਾ ਕੀਤੀ ਆ ਸਿਲਾਈ ਸੈਂਟਰ ਦੀ, ਜਿਹੜੇ ਬੱਚਿਆਂ ਨੂੰ ਫ੍ਰੀ ਸਿਲਾਈ ਸੈਂਟਰ 'ਚ ਸੇਵਾ ਕਰਵਾਈ ਜਾਂਦੀ ਆ, ਉਹਨਾਂ ਨੂੰ ਸਿਲਾਈ ਸਿੱਖਿਆ ਦਿੱਤੀ ਜਾਂਦੀ ਆ, ਅਤੇ ਉਹਨਾਂ ਨੂੰ ਜਦੋਂ ਉਹਨਾਂ ਦਾ ਸਿਲਾਈ ਕੋਰਸ ਪੂਰਾ ਹੋ ਜਾਂਦਾ ਹੈ ਉਹਨਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਹੁਣ ਕਈ ਲੋੜਵੰਦ ਪਰਿਵਾਰ ਹੁੰਦੇ ਆ ਜਿਹੜੇ ਵਿਚਾਰੇ ਗਰੀਬ ਹੁੰਦੇ ਆ, ਆਪਣਾ ਘਰ ਨਹੀਂ ਬਣਾ ਸਕਦੇ, ਉਹ ਇਸ ਇਹਨਾਂ ਮਾਈ ਭਾਗੋ ਸੁਸਾਇਟੀ ਵੱਲ ਆਉਂਦੇ ਆ ਅਤੇ ਲੋੜਵੰਦਾਂ ਦੀ ਇਹ ਮਦਦ ਕਰਦੇ, ਉਹਨਾਂ ਦੇ ਘਰ ਵੀ ਬਣਾ ਕੇ ਦਿੰਦੇ ਆ, ਜਿਨ੍ਹਾਂ ਦੇ ਬਾਥਰੂਮ ਨਹੀਂ ਹੁੰਦੇ ਉਹਨਾਂ ਨੂੰ ਬਾਥਰੂਮ ਦਿੰਦੇ ਆ ਬਣਾ ਕੇ ਦਿੰਦੇ ਨੇ, ਜਿਨ੍ਹਾਂ ਦਾ ਘਰ ਬਣਾਉਣ ਵਾਲਾ ਘਰ ਬਣਾ ਕੇ ਦਿੰਦੇ ਨੇ, ਅਤੇ ਹੋਰ ਵੀ ਇਹ ਸੇਵਾ ਕਰਦੇ ਨੇ ਜਿੱਦਾਂ ਕਿ ਬੂਟ ਅਤੇ ਕੰਬਲ, ਕਈ ਸੇਵਾ ਕਰਦੇ ਨੇ। ਹੁਣ ਇਹਨਾਂ ਨੇ ਕਿਸਾਨੀ ਅੰਦੋਲਨ ਵਿੱਚ ਵੀ ਆਪਣਾ ਹਿੱਸਾ ਪਾਇਆ, ਉੱਥੇ ਵੀ ਇਹਨਾਂ ਨੇ ਆਪਣੇ ਇੱਥੋਂ ਸੇਵਾ ਸੁਸਾਇਟੀ ਵੱਲੋਂ ਉੱਥੇ ਵੀ ਉਪਰਾਲਾ ਕੀਤਾ, ਜਿਵੇਂ ਜੈਕਟਾਂ, ਗਲਵਸ ਅਤੇ ਮਫਰਲ ਦਿੱਤੇ ਉੱਥੇ ਜਾ ਕੇ। ਇਹ ਮਾਈ ਭਾਗੋ ਸੇਵਾ ਸੁਸਾਇਟੀ ਕਾਫੀ ਵਧੀਆ ਉਪਰਾਲਾ ਕਰ ਰਹੀ ਆ ਅਤੇ ਲੋੜਵੰਦਾਂ ਦੀ ਮਦਦ ਕਰਦੀ। ਹੁਣ ਸਵਰਾਜ ਸਿੰਘ ਜੀ ਮਾਨ, ਇਹ ਬੀਬੀ ਰਾਜਵੀਰ ਕੌਰ, ਇਹ ਆਏ ਨੇ। ਇਹਨਾਂ ਨੇ ਸੋਸ਼ਲ ਮੀਡੀਆ ਤੋਂ ਹੀ ਸੁਣਿਆ ਸੀਗਾ ਕਿ ਮਾਈ ਭਾਗੋ ਸੇਵਾ ਸੁਸਾਇਟੀ ਜਿਹੜੀ ਆ ਇਹ ਬੜੀ ਸੇਵਾ ਕਰਦੀ ਆ, ਅਸੀਂ ਅੱਖੀਂ ਵੇਖ ਕੇ ਵੀ ਆਈਏ ਕਿ ਵਾਕਿਆ ਕਰਦੀ ਆ ਕਿ ਗੱਲੀ ਬਾਤੀ ਹੈ। ਤੁਸੀਂ ਇਹਨਾਂ ਦੇ ਮੂੰਹੋਂ ਸੁਣਿਆ ਵਾ ਕਿ ਅਸੀਂ ਜਿਹੜਾ ਰਾਸ਼ਨ ਵੰਡਿਆ ਵਾ, ਜਦੋਂ ਇਹ ਰਾਸ਼ਨ ਚੁੱਕਦੇ ਸੀਗੇ ਉਹਨਾਂ ਕੋਲ ਚੁੱਕਿਆ ਨਹੀਂ ਜਾਂਦਾ, ਕਹਿੰਦੇ ਇੰਨਾ ਰਾਸ਼ਨ, ਇਹ ਨਾਂ ਨਹੀਂ, ਇਹ ਵਾਕਿਆ ਹੀ ਰਾਸ਼ਨ ਦਿੱਤਾ ਹੈ ਤੁਸੀਂ, ਕਿ ਜਿਸ ਪਰਿਵਾਰ ਦੀ 5-4 ਜੀ ਨੇ ਉਹਨਾਂ ਦਾ ਚੰਗੀ ਤਰ੍ਹਾਂ ਗੁਜ਼ਾਰਾ ਹੋ ਸਕਦਾ ਹੈ। ਇਹਨਾਂ ਨੇ ਬਹੁਤ ਹੀ ਸਾਡੇ ਨਾਲ ਆਣ ਕੇ ਸਹਿਯੋਗ ਕੀਤਾ, ਮੈਂ ਇਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਆਣ ਕੇ ਸਾਡੇ ਸਹਿਯੋਗ ਕੀਤਾ। ਨਾਲ ਹੀ ਸਾਨੂੰ ਇਹ ਵੀ ਕਹਿੰਦੇ ਨੇ ਕਿ ਕਿਸਾਨ ਮੋਰਚੇ ਦੇ ਵਿੱਚ ਵੀ ਬਹੁਤ ਉਤਸ਼ਾਹ ਦੇ ਨਾਲ ਜਾ ਰਹੇ ਨੇ, ਅੱਗੇ ਵੀ ਬਹੁਤ ਚਿਰ ਆ ਕੇ ਆਪਣੇ ਟਰੈਕਟਰ ਟਰਾਲੀਆਂ ਵੀ ਉੱਥੇ ਹੀ ਛੱਡ ਕੇ ਆਏ ਹੋਏ ਨੇ। ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਮੈਂ ਸਵਰਾਜ ਸਿੰਘ ਮਾਨ, ਮਨਪਿੰਡ ਦਾ ਰਹਿਣ ਵਾਲਾ ਹੈ। ਮੈਨੂੰ ਪਤਾ ਲੱਗਾ ਸੀ ਮਾਈ ਭਾਗੋ ਸੁਸਾਇਟੀ ਯੂਟਿਊਬ ਤੋਂ ਜਾਂ ਮੇਰੇ ਫਰੈਂਡ ਸਰਕਲ ਤੋਂ ਪਤਾ ਲੱਗਾ ਸੀ ਕਿ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ। ਅੱਜ ਮੈਂ ਆ ਕੇ ਦੇਖਿਆ ਕਿ ਬਹੁਤ ਵਧੀਆ ਰਾਸ਼ਨ ਵੰਡ ਰਹੇ ਨੇ, ਯਾਨੀ ਕਿ ਤਗੜੇ 5-6 ਜੀ ਪਰਿਵਾਰ ਦਾ ਵਧੀਆ ਗੁਜ਼ਾਰਾ ਹੋ ਸਕਦਾ ਮਹੀਨੇ ਦਾ। ਹੋਰ ਇਹ ਬਾਕੀ ਭਲਾਈ ਦੇ ਕੰਮ ਸਿਲਾਈ ਸੈਂਟਰ ਖੋਲ੍ਹ ਰਹੇ ਨੇ ਹਾਂਜੀ, ਚਲਾ ਰਹੇ ਨੇ, ਗਰੀਬ ਬੱਚਿਆਂ ਦੇ ਵਿਆਹ ਵੀ ਕਰ ਰਹੇ ਨੇ ਹਾਂਜੀ, ਅਤੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਵਾ। ਜੋ ਵੀ ਲੋੜਵੰਦ ਨੂੰ ਜੁੱਤੀਆਂ, ਕੰਬਲ, ਜਿਸ ਚੀਜ਼ ਦੀ ਲੋੜ ਹੁੰਦੀ ਹੈ ਗਰੀਬ ਪਰਿਵਾਰ ਨੂੰ ਕਰ ਰਹੇ ਨੇ, ਲੋਕਾਂ ਦੇ ਘਰ ਵੀ ਬਣਾ ਕੇ ਦੇ ਰਹੇ ਨੇ, ਸਮਰਸੀਬਲ ਪੰਪ ਵੀ ਲਾ ਕੇ ਦੇ ਰਹੇ ਨੇ ਹਾਂਜੀ, ਲੋਕਾਂ ਦੇ ਬਾਥਰੂਮ ਲੈਟਰਿੰਗ ਤੱਕ ਤਿਆਰੀ ਕਰਕੇ ਦਿੰਦੇ ਨੇ। ਬਹੁਤ ਵਧੀਆ ਉਪਰਾਲਾ ਚੱਲ ਰਿਹਾ ਇਹਨਾਂ ਦਾ। ਇਹਨਾਂ ਦੇ ਸੱਜਣ ਬਾਹਰ ਯੂਕੇ ਤੋਂ ਮਾਈ ਭਾਗੋ ਸੁਸਾਇਟੀ ਚੱਲ ਰਹੀ ਆ, ਵੱਧ ਤੋਂ ਵੱਧ ਮਦਦ ਲੋਕਾਂ ਦੀ ਕਰ ਰਹੇ ਨੇ। ਵਾਹਿਗੁਰੂ ਜੀ ਦੱਸਦੇ ਜੀ। ਹਾਂਜੀ, ਸਰਦਾਰ ਤਲਵਿੰਦਰ ਸਿੰਘ ਹੋਣਾ ਕਿਸਾਨੀ ਅੰਦੋਲਨ 'ਤੇ ਜਾ ਕੇ ਜੁਰਾਬਾਂ, ਬੂਟ, ਕੰਬਲ, ਗਲਵਸ, ਹੋਰ ਗਰਮ ਕੋਟੀਆਂ, ਹੁਣ ਦੁਬਾਰਾ ਜਾ ਕੇ ਗਰਮ ਕੋਟੀਆਂ ਜਾਂ ਹੋਰ ਵੀ ਗਰਮ ਚੀਜ਼ਾਂ ਬਣਨ ਦਾ ਪਲਾਨ ਹੈ, ਕਿਉਂਕਿ ਬਰਸਾਤ ਦਾ ਮੌਸਮ ਹੈ, ਕੱਪੜੇ ਸੁੱਕਦੇ ਨੇ, ਕਿ ਠੰਡ ਬਹੁਤ ਜ਼ਿਆਦਾ ਵਾ, ਬਜ਼ੁਰਗ ਬਹੁਤ ਗਏ ਹੋਏ ਨੇ, ਬੱਚੇ ਗਏ ਹੋਏ ਨੇ। ਇਸ ਕਰਕੇ ਸਰਦਾਰ ਜੀ ਨੇ ਫੈਸਲਾ ਕੀਤਾ ਕਿ ਦੁਬਾਰਾ ਜਾ ਕੇ ਅਸੀਂ, ਪਹਿਲਾਂ ਘੱਟੋ ਘੱਟ 1,00,000 ਰੁਪਏ ਦਾ ਸਮਾਨ ਵੰਡ ਕੇ ਆਏ ਰਹੇ ਨੇ ਉੱਥੇ,
हाँ जी हम दोबारा फैसला इन्हें किया वा कि असं वो गरीब किसान किसानी अंदोलन की मदद करते हैं कोई भी किसान परिवार न संबंधित ने तो सरदार जी तरविंदर सिंह जी बहुत वधिया सिफ ला रहे हैं ਤੁਸੀਂ ਕਿਸਾਨ ਦੇ ਨਾਲ ਜਾ ਕੇ ਤੁਸੀਂ ਮਾਈ ਭਾਗੋ ਸੇਵਾ ਸੁਸਾਇਟੀ ਦੇ ਜਿਹੜੇ ਆਪਣੇ ਉਹ ਬਣਾਏ ਵੀ ਹੈਗੇ ਆ ਆਪਣੇ ਬੈਨਰ ਵਗੈਰਾ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਜੀ ਜਿਹੜਾ ਇੱਥੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਜੋ ਕਿਸਾਨ ਵਿਰੋਧੀ ਬਿੱਲ ਉੱਥੇ ਆਏ ਨੇ ਅਸੀਂ ਉਹਨਾਂ ਦੇ ਮਤਹਿਤ ਨਹੀਂ ਅਸੀਂ ਆਪਣੇ ਕਿਸਾਨਾਂ ਦੇ ਸਹਿਯੋਗ ਦੇ ਨਾਲ ਕਿਸਾਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਹਰ ਪੱਖ ਤੋਂ ਮਦਦ ਕਰ ਰਹੇ ਹਾਂ ਜਿਵੇਂ ਸਾਡੇ ਕਿਸਾਨ ਵੀਰ ਉੱਥੇ ਪਹੁੰਚੇ ਨੇ ਉਹਨਾਂ ਨੂੰ ਅਸੀਂ ਕਰੀਬ ਕਰੀਬ 1,00,000 ਰੁਪਈਏ ਦਾ ਜਾਂ 60,000 ਰੁਪਈਆ ਪਹਿਲਾਂ ਹੁਣ ਵੀ ਜਿਹੜੇ ਪੈਸੇ ਇਕੱਠੇ ਕੀਤੇ ਨੇ ਕੋਟੀਆਂ ਸਵੈਟਰ ਜਰਾਬਾਂ ਗਲਵਸ ਅਤੇ ਜਿਹੜੇ ਹੋਰ ਕੰਬਲ ਅਸੀਂ ਦਿੱਤੇ ਨੇ ਉਹ ਅਸੀਂ ਉੱਥੇ ਜਿਹੜੇ ਲੋੜਵੰਦ ਬਜ਼ੁਰਗ ਭੈਣਾਂ ਮਾਤਾਵਾਂ ਅਸੀਂ ਸ਼ਾਲ ਵੀ ਲੈ ਕੇ ਗਏ ਸੀਗੇ ਅਤੇ ਉਹਨਾਂ ਨੂੰ ਵੰਡੇ ਨੇ ਉਹ ਲੈ ਕੇ ਉੱਥੇ ਹੁਣ ਜਿਵੇਂ ਮੀਂਹ ਪੈ ਰਿਹਾ ਹੈ ਅਸੀਂ ਉੱਥੇ ਕੋਟੀਆਂ ਸਵੈਟਰ ਫਿਰ ਦੁਬਾਰਾ ਖੜਦੇ ਹਾਂ ਜੇ ਕਿਸੇ ਨੂੰ ਉੱਥੇ ਬਾਲਣ ਦੀ ਲੋੜ ਉੱਥੋਂ ਬਾਲਣ ਲੈ ਕੇ ਵੀ ਦਿੱਤਾ ਜਾ ਰਿਹਾ ਹੈ ਜਿਸ ਤਰ੍ਹਾਂ ਦੀ ਵੀ ਕੋਈ ਕਿਸਾਨੀ ਅੰਦੋਲਨ ਦੇ ਵਿੱਚ ਮਦਦ ਦੀ ਲੋੜ ਹੈ ਮਾਈ ਭਾਗੋ ਸੇਵਾ ਸੁਸਾਇਟੀ ਕੰਧੇ ਨਾ ਕੰਧਾ ਲਾ ਕੇ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੀ ਹੈ ਸਾਡੇ ਜਿੰਨੇ ਵੀ ਇਹ ਜਿੰਨਾ ਚਿਰ ਤੱਕ ਕਿਸਾਨ ਵਿਰੋਧੀ ਬਿੱਲ ਜੋ ਪਾਸ ਕੀਤੇ ਹਨ ਮੋਦੀ ਨੇ ਜਿੰਨਾ ਚਿਰ ਇਹਦਾ ਹੱਲ ਨਹੀਂ ਹੁੰਦਾ ਮਾਈ ਭਾਗੋ ਸੇਵਾ ਸੁਸਾਇਟੀ ਜਿਹੜੀ ਆ ਉਹਨਾਂ 'ਚ ਹੀ ਉਹਨਾਂ ਦੀ ਕਿਸਾਨਾਂ ਦੀ ਮਦਦ ਕਿਸਾਨਾਂ ਦੇ ਨਾਲ ਸਹਿਯੋਗ ਕਰੇਗੀ ਇਹ ਮਾਈ ਭਾਗੋ ਸੇਵਾ ਸੁਸਾਇਟੀ ਦਾ ਵਾਅਦਾ ਹੈ ਅਸੀਂ ਆਪ ਵੀ ਦਿੱਲੀ ਜਾ ਰਹੇ ਤੁਹਾਡੇ ਵੱਲੋਂ ਪੈਸਿਆਂ ਦੀ ਵੀ ਮਦਦ ਕੀਤੀ ਜਾ ਰਹੀ ਉੱਥੇ ਅਸੀਂ ਉੱਥੇ ਮੇਰੇ ਕਈ ਵੀਰ ਸੀਗੇ ਉੱਥੇ ਆਪਾਂ ਇੱਕ ਵੀਰ ਨੂੰ 20,000 ਰੁਪਈਆ ਵੀ ਦਿੱਤਾ ਸੀ ਉਹ ਕਹਿੰਦਾ ਸੀ ਉੱਥੇ ਅਸੀਂ ਆਪਣੇ ਕੋਲੋਂ ਕੋਈ ਸਮਾਨ ਲੈ ਕੇ ਦੇਣਾ ਹੈ ਉਸ ਵੀਰ ਨੂੰ 20,000 ਰੁਪਈਆ ਵੀ ਨਗਦ ਕੈਸ਼ ਦੇ ਕੇ ਆਏ ਸੀਗੇ ਅਤੇ ਜਿੰਨਾ ਕੋਈ ਹੋਰ ਚੀਜ਼ਾਂ ਸਮਾਨ ਚਾਹੀਦਾ ਹੈਗਾ ਵਾ ਉਹ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਇੱਕ ਚੀਜ਼ ਤੁਸੀਂ ਉੱਥੇ ਵੀ ਸੇਵਾ ਕਰ ਰਹੇ ਹੋ ਕਿੱਥੇ ਵੀ ਸੇਵਾ ਕਰ ਰਹੇ ਹੋ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਅਸੀਂ ਇਹ ਸੇਵਾ ਕਰਕੇ ਬੜਾ ਸੋਚਦੇ ਹਾਂ ਕਿ ਅਸੀਂ ਲੋੜਵੰਦ ਪਰਿਵਾਰਾਂ ਦੀ ਸੇਵਾ ਕਰ ਰਹੇ ਹਾਂ ਕਿਉਂਕਿ ਇਹ ਜਿਹੜੇ ਸਾਡੇ UK ਦੇ ਵਿੱਚ ਬੈਠੇ ਹੋਏ ਆ ਭੈਣ ਭਰਾ ਉਹਨਾਂ ਨੇ 4 ਸਾਲ ਤੋਂ ਮਾਈ ਭਾਗੋ ਸੇਵਾ ਸੁਸਾਇਟੀ ਜਿਹੜੀ ਹੈ ਇੱਥੇ ਚਲਾਈ ਹੋਈ ਅਸੀਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਸਿਲਾਈ ਸੈਂਟਰ ਖੋਲ੍ਹ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਿੱਥੇ ਪਾਣੀ ਨਹੀਂ ਸੀ ਪੀਣ ਵਾਲਾ ਘੱਟੋ ਘੱਟ 40 ਨਲਕੇ ਲਵਾ ਕੇ ਦਿੱਤੇ ਹਨ ਹੁਣੇ ਥੋੜ੍ਹੇ ਚਿਰ ਵਿੱਚ ਹੀ 5-6 ਸਮਰਸੀਬਲ ਪੰਪ ਲਾਏ ਨੇ ਲੈਟਰਿਨ ਬਾਥਰੂਮ ਬਣਾ ਕੇ ਦਿੱਤੇ ਹਨ ਮਤਲਬ ਵੀ ਅਸੀਂ ਮਾਈ ਭਾਗੋ ਸੇਵਾ ਸੁਸਾਇਟੀ ਨੂੰ ਕੋਈ ਵੀ ਆਣ ਕੇ ਕੰਮ ਕਹਿੰਦਾ ਹੈ ਉਹਦੀ ਜਾਂਚ ਘੋਖ ਕਰਕੇ ਅਤੇ ਉਹਦਾ ਹਰ ਕੰਮ ਜਿਹੜਾ ਉਹ ਕਰੀਦਾ ਹੈ ਪਰ ਇੱਕ ਸ਼ਰਤ ਨਾਲ ਰੱਖੀ ਹੈ ਕੋਈ ਵੀ ਇਨਸਾਨ ਨਸ਼ਾ ਨਾ ਕਰਦਾ ਹੋਵੇ ਨਸ਼ੇ ਤੋਂ ਰਹਿਤ ਹੋਵੇ ਅਤੇ ਅਸੀਂ ਉਹਨਾਂ ਦੀ ਹਰ ਪੱਖ ਤੋਂ ਮਦਦ ਕਰ ਰਹੇ ਹਾਂ ਅਤੇ ਸੇਵਾ ਸੁਸਾਇਟੀ ਜਿਹੜੇ ਸਾਡੇ UK ਦੇ ਵਿੱਚ ਭੈਣ ਜੀ ਹਰਿੰਦਰ ਕੌਰ ਜੀ ਖਾਲਸਾ ਅਤੇ ਭੈਣ ਜੀ ਰੁਪਿੰਦਰ ਕੌਰ ਜੀ ਖਾਲਸਾ ਇਹ ਜਿੰਨੇ ਵੀ ਮੇਰੇ ਭੈਣ ਭਰਾ ਹੋਰ ਵੀਰ ਉੱਥੇ ਢੇਸੀ ਸਾਹਿਬ ਨੇ ਹੋਰ ਵੀ ਜਿੰਨੇ ਵੀ ਸੱਜਣ ਮਿੱਤਰ ਉੱਥੇ ਬੱਚਿਆਂ ਨੇ ਜਿਹੜੀ ਇਹ ਸੁਸਾਇਟੀ ਬਣਾਈ ਹੋਈ ਹੈ ਉਹ ਉੱਥੇ ਆਪਣੇ ਦਹਾਂ ਨੌਂ ਦੀ ਕਿਰਤ ਕਰਦੇ ਨੇ ਅਤੇ ਦਹਾਂ ਨੌਂ ਦੀ ਕਿਰਤ ਕਰਕੇ ਇੱਥੇ ਮਾਇਆ ਭੇਜਦੇ ਹਾਂ ਦਸਵੰਧ ਕੱਢ ਕੇ ਉਹਦਾ ਹੀ ਪੈਸਿਆਂ ਦਾ ਅਸੀਂ ਇਹ ਲੋੜਵੰਦ ਪਰਿਵਾਰਾਂ ਦੀ ਸੇਵਾ ਕਰ ਰਹੇ ਹਾਂ ਜੇ ਇਸ ਕੋਲ ਕੋਈ ਵੀ ਪਰਿਵਾਰ ਹੋਰ ਆਉਂਦਾ ਵਾ ਅਸੀਂ ਉਹਦੀ ਘੋਖ ਕਰਕੇ ਉਹਨੂੰ ਅਗਲੇ ਮਹੀਨੇ ਹੀ ਉਹ ਜੇ ਰਾਸ਼ਨ ਦੀ ਲੋੜ ਹੈ ਜਾਂ ਕਿਸੇ ਚੀਜ਼ ਦੀ ਵੀ ਲੋੜ ਹੈ ਅਸੀਂ ਉਹਨੂੰ ਜਾ ਕੇ ਵੇਖ ਕੇ ਘੋਖ ਕਰਕੇ ਉਹਦੀ ਜੋ ਵੀ ਸਮੱਸਿਆ ਉਹਦੀ ਹੱਲ ਕਰ